kid. Aao dardani mara, mera sidhu moose wala. Assalamualaikum जी, सत श्री अकाल, की हाल चाल है वीरो, थोड़ा ठीक ठाक हो, फिट फाट हो, तो वैलकम है यार थोड़ा अपने चैनल मूसे वाला रिएक्ट के उत्ते। अज की वीडियो गाइज, तुहानू पता है रीसेंटली असा 295 गाने के उत्ते रिएक्ट किया, 295 के सिद्धू मूसे वाला ने एक लाइन बोली सी, बैठ के जनानियां ना करदे ने चुगलियां, तो शो का नाम रखते ने चज का विचार। चज का विचार जिहड़ा प्रोग्राम है उहदे विच सिद्धू मूसे वाले का कोई इंटरव्यू होया, वह वीडियो है, देखने की गल्लां बातां ने, ते उन्होंने फिर वो गाने बारे पूछा होएगा कि नहीं पूछा होएगा, बस यही ना चीज़ लेट गेट शेट ते चैट। तो लगदा सी भी कदे आपां इंटरव्यू करांगे, मैनूं लगदा सी, मैनूं लगदा सी। अच्छा, अज तां तुसीं, मैं अज कहना भी अज पुछो जो पुछने भाई, जो तुहाडे सवाल ने अज मैं जवाब दिंदा भाई, ते सारियां गल्लां दसो ही भाई, बेशक अगे की हाल है राजनीति कुदे हुए। मैं गल बात शुरू करने तो पहला, स्वागत करने तो पहला बड़ी साफ ते स्पष्ट गल है, ना काहू से दोस्ती ना काहू से बैर। दूजी महत्वपूर्ण गल यह है कि पत्रकार का काम हुंदा सवाल करना, ना किसी दे प्रति किड़ रखना, ना किसी दे प्रति बेलोड़ी दोस्ती का प्रगटावा करना। जिन्हां दे नाल असीं गल करदे आ, विचारधारक मतभेद कईआं नूं इह लगदा कि बहुत ज्यादा, पर जो सी उह है। असीं इह चाहांगे कि सवालां दे विच निरपक्षता जरूर होवे, असीं इह चाहांगे कि किसी भी भैण वीर नूं इह ना लगे कि भाई इहनां दे सवालां दे विच निरपक्षता दी घाट आ। ਸਵੇਰੇ ਜਲਦੀ ਦਿਨ ਸਟਾਰਟ ਹੋ ਜਾਂਦਾ 5:30 ਤੇ ਰਾਤ ਨੂੰ 1-2 ਤੱਕ ਸੌਂਦੇ, ਰੋਚੀ ਬੋਲ 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 ਗਲਾ ਬਹਿ ਜਾਂਦਾ। 14-15 ਪ੍ਰੋਗਰਾਮ ਹੁੰਦੇ ਪਿੰਡਾਂ ਚ, ਬੋਲਣਾ ਹਰੇਕ ਗੱਲ ਦਾ, ਜਵਾਬ ਦੇਣਾ, ਉੱਚੀ ਬੋਲਣਾ, ਤਾਂ ਕਰਕੇ ਥੋੜਾ ਜਿਹਾ ਹੁਣ ਹੋ ਜਾਂਦਾ। ਹੁਣ ਸ਼ਾਮ ਨੂੰ ਲੱਗਦਾ ਦਿਨ ਦਾ ਐਂਡ ਹੋਣ ਵਾਲਾ, ਪਰ ਥੋੜਾ ਜਿਹਾ ਫਿਰ ਲੋ ਤਾਂ ਹੋ ਜਾਂਦਾ ਉਹਨੇ। ਜੀ, ਪਹਿਲੀ ਵਾਰ ਤੋੜ ਲੜਦੀ ਹੋਵੇ ਥੋੜਾ ਜਿਹਾ ਔਖਾ ਲੱਗਦਾ ਹੀ ਹੈ। ਔਖਾ, ਹਾਂ, ਕਿਉਂਕਿ ਜਿੰਨਾ ਚਿਰ ਅਸੀਂ ਜਾਣਦੇ ਨਹੀਂ ਨਾ ਕਿਸੇ ਵੀ ਖੇਤਰ ਦੇ ਵਿੱਚ, ਜਦੋਂ ਅਸੀਂ ਨਵੇਂ ਆਉਂਦੇ ਹਾਂ, ਥੋੜੇ ਵਜਾਉਣ ਵਾਲੇ ਲੋਕ ਜ਼ਿਆਦਾ ਹੁੰਦੇ ਵੀ ਆਹ ਮਾੜਾ ਯਾਰ, ਉਹ ਚੰਗਾ, ਆਹ ਚੰਗਾ, ਆਹ ਮਾੜਾ ਹੈ, ਉਹਨੂੰ ਨਾ ਬੁਲਾਈ, ਆਹ ਆਹ ਵਿਗੜ ਜਾਓ, ਇਹਨੂੰ ਨਾ ਵਿਗਾੜੀਓ, ਸੈੱਟ ਹੋ ਜਾਓ। ਥੋੜੀਆਂ ਜਿਹੀਆਂ ਹੈਗੀਆਂ ਪ੍ਰੋਬਲਮਸ, ਉਹ ਜਦੋਂ ਫਿਰ ਆਪਾਂ ਕੋਈ ਵੀ ਕੰਮ ਸ਼ੁਰੂ ਕਰਦੇ ਹਾਂ, ਪਹਿਲਾਂ ਪਹਿਲਾਂ ਤਾਂ ਥੋੜਾ ਜਿਹਾ ਆਪਾਂ ਉਲਝਣ ਤਾਣੀ ਚ ਹੁੰਦੇ ਹਾਂ, ਪਰ ਤੁਹਾਨੂੰ ਲੱਗਦਾ ਸੀ ਵੀ ਕਦੇ ਆਪਾਂ ਇੰਟਰਵਿਊ ਕਰਾਂਗੇ? ਹਰੇਕ ਦਾ ਆਪਣਾ ਪੇਸ਼ਾ, ਜੇ ਅਸੀਂ ਪੇਸ਼ੇ ਨਾਲ ਇਮਾਨਦਾਰੀ ਨੀ ਰੱਖਦੇ, ਤੁਸੀਂ ਆਪਣੇ ਪੇਸ਼ੇ ਨਾਲ ਇਮਾਨਦਾਰੀ ਰੱਖਦੇ। ਆਪਣੇ ਪਰਿਵਾਰ ਦਾ ਜੀਵਨ ਨੂੰ ਸਮਝਦਾ, ਅਸੀਂ ਕਦੇ ਵੀ ਚੁਗਲੀਆਂ ਨਹੀਂ ਕਰਦੇ ਜੀ। ਚੁਗਲੀਆਂ ਪਿੱਠ ਪਿੱਛੇ ਹੁੰਦੀਆਂ, ਕੈਮਰੇ ਦੇ ਮੂਹਰੇ ਸੱਚੀਆਂ, ਸਿੱਧੀਆਂ, ਖਰਬੀਆਂ, ਤਿੱਖੀਆਂ, ਮਿੱਠੀਆਂ, ਸਰੂਰੀਆਂ ਗੱਲਾਂ ਹੋ ਸਕਦੀਆਂ ਜੀ। ਅਸੀਂ ਤੁਹਾਡੇ ਮਾਤਾ ਪਿਤਾ ਦਾ ਸਤਿਕਾਰ ਕਰਦੇ ਹਾਂ ਜੀ। ਜਦੋਂ ਤੁਸੀਂ ਗਾਇਆ ਕਿ ਮੈਂ ਬਿਲਕੁਲ ਮਾਂ ਬਾਪ ਨੂੰ ਕਿਹਾ ਵੀ ਮੈਂ ਤੇਰੇ ਵਰਗਾ ਹਾਂ, ਸਾਨੂੰ ਉਦੋਂ ਚੰਗਾ ਲੱਗਾ ਜੀ, ਕਿਉਂਕਿ ਚੰਗੀ ਚੀਜ਼ ਲੋਕਾਂ ਤੱਕ ਘੱਟ ਪਹੁੰਚਦੀ ਹੈ ਜੀ, ਸ਼ਾਇਦ ਤੁਹਾਡੇ ਤੱਕ ਵੀ ਨਾ ਪਹੁੰਚੀ ਹੋਵੇ। ਕੜਾ ਤਾਰ ਦੇ ਆਲੇ ਦੁਆਲੇ ਨਾ ਘੁੰਮਣ ਘੇਰੀ ਇਹੋ ਜਿਹੀ ਹੁੰਦੀ ਹੈ ਜਿਹੜੀ ਉਹਨੂੰ ਸੱਚ ਤੋਂ ਦੂਰ ਰੱਖਦੀ, ਸੱਖਣਾ ਰੱਖਦੀ ਹੈ। ਪਰ ਅਸੀਂ ਉਦੋਂ ਗੱਲ ਕੀਤੀ ਤੇ ਜਦੋਂ ਤੁਸੀਂ ਕਹਿੰਦੇ ਮੈਂ ਸੰਜੇ ਦੱਤ ਵਰਗਾ, ਤੇ ਆਹ ਮੈਨੂੰ ਦੁੱਖ ਹੁੰਦਾ ਵੀ ਯਾਰ ਟਾਡਾ ਦਾ ਉਹਦੇ ਤੇ ਪਰਚਾ ਹੋਇਆ ਸੀਗਾ ਜੀ, ਤੇ ਤੁਸੀਂ ਬਾਅਦ ਦੇ ਵਿੱਚ ਕਈ ਗੱਲਾਂ ਹੋਈਆਂ। ਖੈਰ, ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਚੁਗਲੀਆਂ ਕਿਉਂ ਕਿਹਾ ਮੈਂ, ਚੁਗਲੀਆਂ ਮੈਂ ਤਾਂ ਕਿਹਾ ਕਿਉਂਕਿ ਜਿਹੜੀਆਂ ਗੱਲਾਂ ਤੁਸੀਂ ਆਪਾਂ ਤਾਂ ਤੁਸੀਂ ਕਹਿੰਦੇ ਮੈਂ ਸੰਜੇ ਦੱਤ ਤੇ ਬੋਲਿਆ, ਸੰਜੇ ਦੱਤ ਤੋਂ ਪਹਿਲਾਂ ਵੀ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ, ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ, ਬਹੁਤ ਪਹਿਲਾਂ ਜਦੋਂ ਮੈਨੂੰ ਪਤਾ ਵੀ ਨਹੀਂ ਸੀਗਾ ਵੀ ਕੋਈ ਚੱਜ ਦਾ ਵਿਚਾਰ ਨਾਮ ਦਾ ਪ੍ਰੋਗਰਾਮ ਚੱਲ, ਜਦ ਕਿ ਮੈਂ ਇੰਟਰਵਿਊ ਕਰੀ ਸੀ ਭਾਈ ਏਸ਼ੀਆ ਤੇ, ਜਦੋਂ ਤੁਹਾਡੇ ਦਿਲ ਦੇ ਵਿੱਚ ਕੋਈ ਕਹਿੰਦੇ ਹੁੰਦੇ ਨਾ ਕੋਈ ਈਰਖਾ ਨਹੀਂ ਹੁੰਦਾ, ਜੋ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਵੀ ਯਾਰ ਮੇਰਾ ਕੋਈ ਕਿਸੇ ਨਾਲ ਮਤਲਬ ਗਾਣਾ ਪਹਿਲਾਂ ਆਇਆ, ਤਾਂ ਉਦੋਂ ਤੁਹਾਨੂੰ ਉਹ ਗੱਲਾਂ ਚੁੱਪੇ ਲੱਗਾ ਕਿਉਂ ਨਹੀਂ ਸੁਣਦੇ, ਬੇਸ਼ੱਕ ਤੁਸੀਂ ਕੈਮਰੇ ਦੇ ਸਾਹਮਣੇ ਕਹੀਆਂ ਨੇ,
ਪਰ ਮੇਰੀ ਤਾਂ ਪਿੱਠ ਸੀ ਨਾ ਉਸ ਵੇਲੇ। ਪਰ ਹਰ ਬੰਦੇ ਨੇ ਮੂਹਰੇ ਜਾ ਕੇ ਪੇਸ਼ਕਾਰੀ ਕੀਤੀ ਜਾਵੇ ਪ੍ਰੋਗਰਾਮ ਦੀ ਸੰਭਵ ਨਹੀਂ। ਅੱਜ ਆਪਾਂ ਇਕੱਠੇ ਆ ਜਾਂ ਇਹਨੂੰ ਵੀ ਤੁਗਲੀ ਮੰਨੀਏ ਆਪਣੇ ਪੇਸ਼ੇ ਨਾਲ ਇਮਾਨਦਾਰੀ ਰੱਖਣੀ ਤੁਹਾਡਾ ਫਰਜ਼ ਹੈ ਤੇ ਮੈਂ ਆਪਣੇ ਪੇਸ਼ੇ ਨਾਲ ਰੱਖਦਾ। ਮੇਰੇ ਹਿਸਾਬ ਨਾਲ ਉਹ ਚੁਗਲੀਆਂ ਮੈਨੂੰ ਲੱਗੀਆਂ ਮੈਂ ਤਾਂ ਕਰਕੇ ਕਹਿ ਰਿਹਾ ਅੱਜ ਤੱਕ ਨਹੀਂ ਲੱਗੀਆਂ ਤੇ ਕਿਸੇ ਨੇ ਨਹੀਂ ਕਿਹਾ ਸਾਰੇ ਹੀ ਮਿੱਤਰ ਸਲਾਮਤ ਰਹਿਣ। ਆਪਾਂ ਗੱਲ ਕਰਦੇ ਹਾਂ ਕਿ ਲੋਕਾਂ ਦਾ ਹੁੰਗਾਰਾ ਕਿਹੋ ਜਿਹਾ ਮਿਲਦਾ। ਲੋਕਾਂ ਦਾ ਹੁੰਗਾਰਾ ਬਹੁਤ ਵਧੀਆ ਮਿਲ ਰਿਹਾ। ਪਿੰਡੋ ਪਿੰਡ ਜਾਂਦੇ ਹਾਂ, ਕਿਤੇ ਨਾ ਕਿਤੇ ਕਈ ਚੀਜ਼ਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਜਦੋਂ ਤੁਸੀਂ ਕਿਸੇ ਧੜੇ ਨਾਲ ਜੁੜਦੇ ਹੋ। ਉਹਨੇ ਜੇ ਕੋਈ ਚੰਗੇ ਕੰਮ ਕਰੇ ਹੋਣਗੇ ਉਹ ਵੀ ਤੁਹਾਡੇ ਅੱਗੇ ਆਉਂਦੇ ਨੇ, ਕੁਛ ਜੇ ਕਮੀਆਂ ਰਹੀਆਂ ਹੋਣਗੀਆਂ ਤਾਂ ਉਹ ਵੀ ਤੁਹਾਡੇ ਤੋਂ ਲੋਕ ਸਵਾਲ ਪੁੱਛਦੇ। ਪਰ ਵੈਸੇ ਇੱਕ ਸਵਾਲ ਕਰਾਂ, ਥੋੜਾ ਜਿਹਾ ਤਿੱਖਾ ਲੱਗਦਾ। ਜੀ 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 ਬੋਲੋ ਜੀ ਬੋਲੋ। ਸਟੇਜ ਦੇ ਉੱਤੇ ਖੜ ਕੇ ਕਹਿਣਾ ਜੁਰੇ ਲਾਲ ਜੋੜ ਕੇ ਵੋਟ ਮੰਗਣੀ, ਇਹਦੇ ਚ ਅੰਤਰ ਕਿੰਨਾ ਕੁ? ਮਨ ਦੇ ਵਿੱਚ ਕੁਛ ਚੱਲਦਾ ਵੀ ਯਾਰ ਵਧੀਆ ਸਰਦਾਰੀ ਉਧਰ ਚੱਲਦੀ ਆ ਤੇ ਹੁਣ ਯਾਰ ਹੱਥ ਜੋੜ ਜੋੜ ਕੇ ਵੋਟਾਂ ਮੰਗਦੇ। ਹਾਂ ਆਉਂਦੀ ਹੁੰਦੀ ਹੈ ਗੱਲ, ਮੈਂ ਝੂਠ ਨਹੀਂ ਬੋਲਦਾ। ਲੱਤਾਂ ਕਿਹਨੂੰ ਮਿਲਣਗੇ? ਤੁਹਾਨੂੰ ਮਿਲਣਗੇ। ਉਹੀ ਗੱਲ ਨੇ, ਖੇਤਰ ਖੇਤਰ ਦੀ ਗੱਲ ਹੈ। ਮੈਂ ਇੱਕ ਹਾਸੋਹੀਣੀ ਗੱਲ ਸੁਣਾ ਸਾਨੂੰ ਪਿੰਡਾਂ ਸਾਡੇ ਪਿੰਡਾਂ ਦੀ ਗੱਲ ਹੈ। ਮੈਂ ਉਹ ਪੋਸਟਰ ਤੇ ਨਾ, ਮੈਂ ਜਦੋਂ ਪੋਸਟਰ ਵਾਸਤੇ ਫੋਟੋਆਂ ਹੁੰਦੀਆਂ ਨੇ, ਹੁਣ ਆਪਾਂ ਨੂੰ ਤਾਂ ਇੰਨਾ ਮੈਨੂੰ ਇਸ ਖੇਤਰ ਦੀ ਨੌਲੇਜ ਨਹੀਂ ਵੀ ਆਪਾਂ ਯਾਰ ਐਂ ਜਾਣੀ ਹੱਥ ਬੰਨ ਕੇ ਆਪਾਂ ਆਰਾਮ ਨਾਲ ਟੋਰ ਨਾਲ ਫੋਟੋ ਖਿਚਾਉਣੀ ਆ। ਫੋਟੋ ਖਿਚਾਈ ਲਾ ਲਈ, ਮੈਨੂੰ ਬਾਪੂ ਮਿਲਿਆ ਕੋਈ, ਮੈਨੂੰ ਕਹਿੰਦਾ ਬਖਸ਼ੇਰਾ, ਕਹਿੰਦਾ ਜਿਵੇਂ ਤੂੰ ਵੋਟਾਂ ਮੰਗਦਾ ਤਾਂ ਨਹੀਂ ਪੈਂਦੀ। ਮੈਂ ਕੀ ਗੱਲ ਹੋ ਗਈ? ਕਹਿੰਦਾ ਇੱਕ ਕੈਂਡੀਡੇਟ ਅਕਾਲੀ ਦਲ ਦਾ, ਕਹਿੰਦਾ ਉਹ ਹੱਥ ਜੋੜੀ ਖੜਾ ਵੀ ਮੈਨੂੰ ਵੋਟਾਂ ਪਾ ਦਿਓ, ਮੈਨੂੰ ਤੁਹਾਡੀਆਂ ਵੋਟਾਂ ਦੀ ਲੋੜ ਹੈ। ਕਹਿੰਦਾ ਇੱਕ ਆਮ ਆਦਮੀ ਦਾ ਖੜਾ ਉਹ, ਕਹਿੰਦਾ ਮੈਂ ਤਾਂ ਜਮੀ ਮਾਰਿਆ ਜਾਊ, ਜੇ ਮੈਨੂੰ ਨਾ ਪਾਈ ਮੈਂ ਤਾਂ ਪੱਟਿਆ ਜਾਊ, ਮੈਨੂੰ ਵੋਟ ਪਾ ਦਿਓ। ਕਹਿੰਦਾ ਤੂੰ ਕਾਕਾ ਜੀ ਬਾਹਾਂ 'ਚ ਬਾਹਾਂ ਪਾਈ ਖੜ ਤੇ ਵੀ ਐਂ ਕਹੀ ਆ, ਮੈਂ ਮੁੱਛਾਂ ਗੁੰਡੀਆਂ ਕੀਤੀਆਂ ਨੇ ਵੀ ਪੌਣੀਆਂ ਪਾ ਦਿਓ, ਨਹੀਂ ਕੋਈ ਨੀ ਦੇਖ ਲੈ। ਮੈਂ ਕਿਹਾ ਬਾਪੂ ਗੱਲ ਤਾਂ ਸਹੀ ਹੈ, ਪਰ ਮੇਰੇ ਤਾਂ ਦਿਮਾਗ 'ਚ ਗੱਲ ਹੀ ਨਹੀਂ ਆਈ ਕਦੇ ਨੱਥ ਬੰਨ ਕੇ ਫੋਟੋ ਕਰਾਉਣੀ ਹੈ, ਇੰਨਾ ਇੰਪੈਕਟ ਪੈਂਦਾ। ਪਰ ਮੈਂ ਬਾਪੂ ਜੀ ਗੱਲ ਇਹ ਵੀ ਹੈ ਕਿ ਅਸੀਂ ਨਵੇਂ ਬੰਦੇ ਹਾਂ, ਮੈਂ 27 ਸਾਲਾਂ ਦਾ, ਹੋ ਸਕਦਾ ਮੇਰੇ 'ਚ ਬਹੁਤ ਕਮੀਆਂ ਹੋਣ, ਮੈਂ ਨਹੀਂ ਕਹਿੰਦਾ ਮੈਂ ਸੰਪੰਨ ਹਾਂ, ਜੇ ਸੰਪੰਨ ਹੋ ਗਿਆ ਤਾਂ ਰੱਬ ਹੀ ਬਣ ਗਿਆ ਬੰਦਾ। ਪਰ ਗੱਲ ਇਹ ਹੈ ਸਾਡੇ ਸਿਧਾਂਤ ਆ ਜ਼ਿੰਦਗੀ ਦਾ ਇਹ ਹੈ ਵੀ ਅਸੀਂ ਨਾ ਕਿਸੇ ਦੇ ਹੱਥ ਬੰਨੇ ਤੇ ਨਾ ਕਿਸੇ ਤੋਂ ਬਣਾਉਣੇ। ਬੱਲੇ 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 5 ਸਾਲ ਗੋਡੀ ਹੱਥ ਲਵਾਈ ਜਾਂਦੇ ਆ, ਉਹਦਾ ਵੀ ਕੋਈ ਦਮ ਨਹੀਂ। ਅਸੀਂ ਤਾਂ ਸਮਝਦੇ ਹਾਂ ਵੀ ਸਾਰੇ ਬਰਾਬਰ ਹੋ ਕੇ ਚੱਲੋ ਭਾਈ, ਜੇ ਮੈਂ ਐਮਐਲਏ ਬਣੂੰਗਾ। ਕੀ ਬਾਤ ਹੈ ਯਾਰ, ਜੁਲੇ ਲਾਲ ਹੀ ਹੋ ਗਿਆ ਭਾਈ। ਬਹੁਤ ਹੀ ਤਕੜਾ ਇੰਟਰਵਿਊ ਹੋਏਗਾ ਗਾਇਸ, ਬਹੁਤ ਹੀ ਤਕੜਾ। ਜਿਸ ਤਰ੍ਹਾਂ ਦੇ ਸਵਾਲ ਤੇ ਜਿਸ ਤਰ੍ਹਾਂ ਦੇ ਅੱਗੋਂ ਸੋਹਣੇ ਤੇ ਕੜਵੇ ਕੜਵੇ ਤੇ ਮਿੱਠੇ ਮਿੱਠੇ ਜਵਾਬ ਆ ਰਹੇ ਨੇ ਨਾ, ਕੜਵੇ ਕੜਵੇ। ਮੇਰੇ ਹਿਸਾਬ ਜਿਹੜਾ ਗਾਣਾ ਨਾ 295 ਉਹ ਪਹਿਲੋਂ ਆਇਆ ਤੇ ਚੱਜ ਦਾ ਵਿਚਾਰ ਆ ਨੇ ਬਾਅਦ ਚ ਸੱਦਿਆ, ਤਾਂ ਬੰਦਾ ਸਾਲ ਫੂਕਣੇ ਤੇ ਕਈ ਆਉਣ ਡਿਆ ਕਿ ਸਾਨੂੰ ਕਿਸੇ ਨੇ ਨਹੀਂ ਕਿਹਾ ਜੁਗਲੀਆਂ। ਉਹ ਆਂਦਾ ਮੈਨੂੰ ਲੱਗਾ ਤੇ ਮੈਂ ਕਿਹਾ, ਉਹਨੇ ਸਾਨੂੰ ਨਹੀਂ ਅੱਜ ਤੱਕ ਲੱਗਾ ਸੀ ਬਣਾਈ ਆਉਣ ਡਿਆ ਸਾਰਾ ਕੁਛ, ਨਾ ਸਾਨੂੰ ਕਿਸੇ ਨੇ ਆਖਿਆ ਮਤਲਬ ਇੰਨੀ ਦੁਨੀਆਂ ਦੇ ਹਾਂ ਬਣਾਏ ਨੇ ਤੇ ਤੇਰਾ ਬਣਾਇਆ ਸਾਨੂੰ ਚੁਗਲੀਆਂ ਲੱਗਿਆ ਹਰੇ ਯਾਰ। ਇਹਨੂੰ ਕਹਿੰਦੇ ਨੇ ਉਹ ਜਿਹੜਾ ਨਹੀਂ ਉਹ ਇਹਦਾ ਗਾਣਾ ਜਿਹੜਾ ਅੰਮ੍ਰਿਤ ਮਾਨ ਨਾਲ ਬੰਬੀਹਾ ਬੋਲਦੇ, ਪੁੱਤ ਬਗਾਨੇ ਘੇਰੇ ਨੀ ਥਾਪੀ ਮਾਰ ਬਗਾਨੇ ਘੇਰੇ, ਥਾਪੀ ਮਾਰ ਬਗਾਨੇ ਘੇਰੇ। ਇਹਨੂੰ ਕਹਿੰਦੇ ਨੇ ਇੰਡਸਟਰੀ 'ਚ ਵੜਨਾ ਤੇ ਆਖਣਾ ਆਜੋ ਜਿਹੜਾ ਹੈ ਜਿਹੜੇ ਪਾਸਿਓਂ ਵੀ ਆਏਗਾ ਵੇਖੀ ਜਾਏਗੀ, ਕਿਸੇ ਪਾਸੋਂ ਵੀ ਚੁਗਣਾ ਨਾ ਨਹੀਂ ਹੈ। ਅਲਾਮਾ ਇਕਬਾਲ ਨੇ ਆਖਿਆ ਸੀ ਆਪਣੀ ਮੈਂ ਦੇ ਉੱਤੇ ਕੰਪਰੋਮਾਈਜ਼ ਨਾ ਕਰਿਆ, ਉਹ ਬੰਦਾ ਮੈਂ ਲੈ ਕੇ ਤੁਰਿਆ ਸੀ ਤੇ ਸੱਚੀਆਂ ਤੇ ਖਰੀਆਂ ਲੈ ਕੇ ਤੁਰਿਆ ਸੀ। ਖੈਰ ਬਈ, ਡੂੰਘੀਆਂ ਗੱਲਾਂ ਹੋਣਗੀਆਂ ਅਗਲੇ ਪਾਰਟਾਂ 'ਚ। ਪਾਰਟ ਸੀ 1, ਅੱਜ ਦਾ ਸੀ ਪਾਰਟ 1 ਤੇ ਮਜ਼ੀਦ ਇਸ ਇੰਟਰਵਿਊ ਦੇ ਅੱਗੇ ਪਾਰਟ ਜਾਰੀ ਨੇ। ਤੁਸੀਂ ਦੇਖਦੇ ਰਹੋ ਮੂਸੇਵਾਲਾ ਰਿਐਕਟਸ ਤੇ ਵੀਡੀਓ ਚੰਗੀ ਲੱਗੀ ਹੋਵੇ ਤੇ ਲਾਈਕ ਕਰ ਦਿਓ, ਕਮੈਂਟ ਵੀ ਸ਼ੇਅਰ ਕਰੋ, ਸਬਸਕ੍ਰਾਈਬ ਲਾਜ਼ਮੀ ਕਰ ਲਓ। ਤੇ ਸਾਡੇ ਨਾਲ ਹੋ ਗਿਆ ਫਿਰ, ਲਵ ਯੂ।